ਵੇਖ ਲਓ ਆਪਾਂ ਕਿੰਨੇ ਖਰਾਬ ਹੈ। ਨਾ ਤਾਂ ਪਹਿਲੀ ਤਰੀਕ ਨੂੰ ਪੰਜਾਬ ਗਰੀਬ ਸੀ, ਅਮੀਰ ਸੀ ਪੂਰਾ, ਐਨ ਫੱਟੇ ਚੱਕੇ ਭਾਈ ਬੰਬ ਪੜਾਕੇ ਹੋਰ ਪਤਾ ਨਹੀਂ ਕੀ ਕੁਛ ਚੱਲੀ ਜਾਂਦਾ ਸੀ, ਪੂਰਾ ਪੈਸਾ ਸੀ ਪੰਜਾਬ ਕੋਲ ਵਿੱਚ ਦੀ। 13 ਕੁ ਦਿਨ ਫਿਰ ਅਸੀਂ ਗਰੀਬ ਰਹੇ, ਖਾ ਗਈਆਂ ਉਹ ਸਰਕਾਰਾਂ, ਆਹ ਫਲਾਨੇ ਨੇ ਕਰਤਾ ਹੋਏ, ਮਰ ਗਏ ਜਮਾਂ ਹੀ ਹੈ ਨਹੀਂ, ਆਰਥਿਕ ਤਾਂ ਡਿੱਗ ਪਈ। ਕੱਲ੍ਹ ਗੁਰਪੁਰਬ ਆ ਗਿਆ ਬਾਬੇ ਨਾਨਕ ਦਾ, ਕੱਲ੍ਹ ਫਿਰ ਆਪਾਂ ਅਮੀਰ ਸੀ ਹੈ, ਕੱਲ੍ਹ ਫਿਰ ਆ ਲੁਧਿਆਣੇ 'ਚ ਪਤਾ ਹੀ ਆ ਤੁਹਾਨੂੰ, ਆਹ ਪੜਾਕੇ ਚਲਾ ਚਲਾ ਕੇ ਛਾਉਣੀ ਬਣਾਈ ਪਈ ਸੀ ਅਤੇ ਤੜਕੇ ਉੱਠ ਕੇ ਪਤਾ ਆਪਾਂ ਕੀ ਪੜਿਆ। ਫਿਰ ਰਾਤ ਆਪਾਂ ਪੂਰਾ ਗੰਦ ਪਾਇਆ, ਗੰਦ ਕਹੂੰਗਾ ਮੈਂ, ਸੋਰੀ, ਤੜਕੇ ਉੱਠ ਕੇ ਪਤਾ ਕੀ ਪੜਿਆ ਆਪਣੇ 'ਚੋਂ, ਆਪਣੇ 'ਚੋਂ 75% ਲੋਕਾਂ ਨੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸ਼ਰਮ ਆਉਂਦੀ ਹੈ ਬਾਬਾ, ਮੈਂ ਆਪਣੇ ਆਪ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਕਹਿ ਰਿਹਾ, ਸ਼ਰਮ ਆਉਂਦੀ ਹੈ ਬਾਬਾ, ਤੂੰ ਪੁੱਛ ਆਪਣੇ ਆਪ ਨੂੰ। ਇਹ ਉਹ ਧਰਤੀ ਹੈ ਜਿੱਥੇ ਸਾਡੀ ਪ੍ਰੋਬਲਮ ਧੂੰਆਂ ਹੋਊਗਾ, ਕੁਦਰਤੀ ਸਰੋਤ ਪਾਣੀ ਸਾਡੀ ਸਮੱਸਿਆ ਹੋਊਗਾ। ਅਸੀਂ ਹਾਂ ਕਾਣ ਗੁਰੂਆਂ ਪੀਰਾਂ ਦੀ ਧਰਤੀ, ਪੂਰਾ ਚੌੜੇ ਹੋ ਕੇ ਕਹਿੰਦੇ ਹਾਂ ਕਿੱਥੋਂ ਓਏ, ਅਸੀਂ ਜੀ ਗੁਰੂਆਂ ਪੀਰਾਂ ਦੀ ਧਰਤੀ ਤੋਂ ਆਏ, ਫਕੀਰਾਂ ਦੀ ਧਰਤੀ ਹੈ, ਇੱਥੇ ਜਪ ਹੋਇਆ, ਇੱਥੇ ਤਪ ਹੋਇਆ, ਇਸ ਧਰਤੀ ਦੇ ਲੋਕਾਂ ਨੂੰ ਆਹ ਗੱਲਾਂ ਪਿੱਛੇ ਸਟਰਗਲ ਕਰਨਾ ਪਊਗਾ ਕਿ ਯਾਰ ਪਾਣੀ ਗੰਦਾ ਹੋ ਗਿਆ, ਕਿ ਰਾਤ ਯਾਰ ਦੀਵਾਲੀ 'ਤੇ ਪੜਾਕੇ ਜ਼ਿਆਦਾ ਚਲਾ ਬੈਠੇ, ਸਾਰਾ ਲੁਧਿਆਣਾ ਧੂੰਆਂ ਧਾਰ ਹੋਇਆ ਪਿਆ, ਪ੍ਰਦੂਸ਼ਣ, ਕੈਂਸਰ, ਦਮਾ। ਅਤੇ ਹੁਣ ਸਾਨੂੰ ਪਹਿਲਾਂ ਇਸ ਚੀਜ਼ 'ਤੇ ਡਿਸਕਸ ਕਰੀਏ, ਆਹ ਹੁਣ ਕ੍ਰਿਸਮਿਸ ਆਉਣੀ ਆ, ਪੂਰਾ ਕੰਜਰਖਾਨਾ ਕਰੋਗੇ, ਪੂਰਾ ਐਨ ਪੂਰਾ 25 ਤਰੀਕ ਤੋਂ ਚੱਲ ਪਊਂਗੇ ਪਾਰਟੀਆਂ, ਹੋਰ ਪਤਾ ਨਹੀਂ ਕੀ ਕੁਛ ਚੱਲੂਗਾ। 1 ਜਨਵਰੀ ਨੂੰ ਫਿਰ ਤੁਸੀਂ ਪੂਰੇ ਅਮੀਰ ਹੋਵੋਗੇ, ਮੈਂ ਵੀ, ਕਿਉਂਕਿ ਨਵਾਂ ਸਾਲ ਹੈ, ਅਸੀਂ ਫਿਰ ਪੂਰਾ ਚੱਲਣਗੇ। ਯਾਰ ਬਸ ਕਰ ਬਾਬਾ, ਨਾ ਮੇਰਾ ਭਰਾ, ਇੱਥੇ ਹੁਣ ਕੋਈ ਚੱਲ ਰਿਹਾ ਵੀ, ਡੂ ਯੂ ਨੋ, ਇੱਥੇ ਹੁਣ ਡੂ ਯੂ ਨੋ ਚੱਲ ਰਿਹਾ ਵੀ, ਇੱਥੇ 15 ਬੰਦੇ ਮਰਨ ਦੀ ਗੱਲ ਹੀ ਪਈ ਹੈ। ਇੱਥੇ ਮੈਨੂੰ ਐਂ ਲੱਗੀ ਜਿੱਦਾਂ ਵੀ ਲੁਧਿਆਣਾ ਅੱਜ ਮਰੂ, ਨਾਲੇ ਮੈਨੂੰ ਮਾਰੂ, ਤੈਨੂੰ ਅੱਜ ਤੂੰ ਹੈ ਨਜ਼ਰ ਨੂੰ ਵੀ ਨਾਈਸ ਬ੍ਰੋ ਪਲੀਜ਼। ਨਾ ਬਾਬਾ ਆਪਣਾ ਮੂਲ ਪਛਾਣ ਭਰਾਵਾ, ਮੈਨੂੰ ਕੋਈ ਮਤਲਬ ਨਹੀਂ ਤੂੰ ਹਿੰਦੂ ਸਿੱਖ ਮੁਸਲਮਾਨ ਕੀ ਆ, ਨਾ ਨਾ, ਮੈਨੂੰ ਤੇਰੇ ਅੰਦਰ ਬੈਠੇ ਉਸ ਪਤੰਦਰ ਦਾ ਹੈ ਜਿਹੜਾ ਉਹ ਹਿੰਦੂ 'ਚ ਵੀ ਬੈਠਾ, ਸਿੱਖ 'ਚ ਵੀ ਬੈਠਾ, ਉਹ ਸਾਰਿਆਂ 'ਚ ਹੀ ਬੈਠਾ ਉਹ। ਅਤੇ ਜਿਹੜੇ ਲੋਕ ਇਸ ਵੇਲੇ ਬਾਹਲਾ ਰੌਲਾ ਪਾਈ ਜਾਂਦੇ ਆ ਨਾ ਕਿ ਸਿੱਖ ਖਤਰੇ 'ਚ ਹੈ, ਜਾਂ ਹਿੰਦੂ ਮੁੱਕ ਜੂ, ਜਾਂ ਫਲਾਨਿਆਂ ਦਾ ਰਾਜ ਆ ਜੂ, ਜਾਂ ਉਹਦਾ ਵੇਲਣਾ ਦੀ ਕਹਾਣੀ ਹੈ, ਜਾਣਕਾਰ ਬੰਦਾ ਸਿਰਫ ਅਤੇ ਸਿਰਫ ਜੇ ਹਿੰਦੂ ਆ ਮੰਦਰ 'ਚ ਜਾ ਅਤੇ ਆਪਦੀ ਐਜੂਕੇਸ਼ਨ ਲੈ ਅਤੇ ਨਿਕਲ, ਕਿਆ ਲੈਣਾ ਤੈਂ, ਜੇ ਤੂੰ ਸਿੱਖ ਹੈ ਜਾ ਕੇ ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿ ਜਾ, ਕਰ ਸਟੱਡੀ, ਮੈਡੀਟੇਸ਼ਨ ਕਰ, ਆਪਣੇ ਆਪ ਨੂੰ ਐਕਟੀਵੇਟ ਕਰ ਅਤੇ ਲੰਘ ਜਾ, ਇਹ ਦੁਨੀਆ ਇਹਨੂੰ ਦਿਖਾਏਗਾ ਤੂੰ ਕਰਕੇ ਵੀ ਮੈਂ ਹਾਂ। ਜੇ ਨਮਾਜ਼ੀ ਹੈ ਨਮਾਜ਼ ਅਦਾ ਕਰ ਆਪਦੀ ਬਾਬਾ, ਫਜ਼ਰ ਤੋਂ ਸ਼ੁਰੂ ਕਰਨਾ ਹੈ, ਕਿਰਤ ਕਰੀ, ਕੱਲ੍ਹ ਵਾਲਾ ਬਾਬਾ ਕਹਿ ਗਿਆ ਕਿਰਤ ਕਰੀ,
ਨਾਮ ਜਪੀ ਵੰਡ ਕੇ ਛਕੀ ਕਿਸੇ ਵੀ ਧਰਮ ਦਾ, ਇਹ ਨਹੀਂ ਕਰੇਗਾ ਤਾਂ ਡਰਾਮਾ ਕਰੇਗਾ, ਡਰਾਮਾ ਕਰੇਗਾ ਤਾਂ ਮਰੇਗਾ। ਹੈ